ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਬੱਸ ਜਿਸ ਨੇ ਪਹਿਲਾਂ ਰੇੜੀ ਨੂੰ ਟੱਕਰ ਮਾਰੀ, ਫਿਰ ਆਟੋ ਰਿਕਸ਼ਾ ਨੂੰ, ਫਿਰ ਸੜਕ ਦੇ ਕਿਨਾਰੇ ਤੇ ਪਏ ਨਾਰੀਅਲ ਅਤੇ ਤਰਬੂਜਾਂ ਨੂੰ ਕੁਚਲਦੀ ਹੋਈ ਖੰਭੇ ਦੇ ਵਿੱਚ ਜਾ ਕੇ ਵੱਜੀ, ਜਿਸ ਦੇ ਨਾਲ ਭਾਰੀ ਨੁਕਸਾਨ ਹੋ ਗਿਆ। ਦੱਸਦੇ ਕਿ ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਚੱਕਰ ਆਇਆ, ਬੱਸ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਦੇ ਕਿਨਾਰੇ ਤੇ ਖੜੇ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਸਾਰੇ ਵਾਹਨ ਚੱਕਣਾ ਚੂਰ ਹੋ ਚੁੱਕੇ ਨੇ। ਗਣੀਮਤ ਰਹੀ ਕਿ ਆਟੋ ਰਿਕਸ਼ਾ ਦੇ ਵਿੱਚ ਕੋਈ ਸਵਾਰੀ ਮੌਜੂਦ ਨਹੀਂ ਸੀ, ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪਰ ਆਟੋ ਰਿਕਸ਼ਾ ਬੁਰੇ ਤਰੀਕੇ ਨਾਲ ਚੱਕਣਾ ਚੂਰ ਹੋ ਗਿਆ, ਰੇੜੀਆਂ ਦਾ ਨੁਕਸਾਨ ਹੋਇਆ ਔਰ ਨਾਰੀਅਲ ਤਰਬੂਜ ਜਿਨ੍ਹਾਂ ਨੂੰ ਕੁਚਲਦੀ ਹੋਈ ਬੱਸ ਖੰਭੇ ਦੇ ਵਿੱਚ ਜਾ ਕੇ ਵੱਜੀ। ਦੁਕਾਨਦਾਰਾਂ ਦਾ ਵੀ ਇੱਥੇ ਹਜ਼ਾਰਾਂ ਦਾ ਨੁਕਸਾਨ ਹੋਇਆ ਏ। ਚਰਖੀ ਦਾਦਰੀ ਦੇ ਲੋਹਾਰੂ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਹਰਿਆਣਾ ਰੋਡਵੇਜ਼ ਦੀ ਬੱਸ ਬੇਕਾਬੂ ਹੋ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਬਚ ਗਈ ਔਰ ਸੜਕ ਦੇ ਕਿਨਾਰੇ ਤੇ ਖੜੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਔਰ ਬਿਜਲੀ ਦਾ ਖੰਭਾ ਵੀ ਡਿੱਗ ਪਿਆ, ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਚੱਲਦੀ ਬੱਸ ਬੇਕਾਬੂ ਹੋ ਗਈ, ਡਰਾਈਵਰ ਨੂੰ ਚੱਕਰ ਆਇਆ ਤਾਂ ਸੜਕ ਦੇ ਕਿਨਾਰੇ ਤੇ ਜਿੰਨੇ ਵਾਹਨ ਖੜੇ ਸੀ ਔਰ ਸੜਕ ਦੇ ਕਿਨਾਰੇ ਤੇ ਜੋ ਨਾਰੀਅਲ ਅਤੇ ਤਰਬੂਜਾਂ ਦੀਆਂ ਦੁਕਾਨਾਂ ਸੀ ਉਹਨਾਂ ਨੂੰ ਕੁਚਲਦੀ ਹੋਈ ਖੰਭੇ ਦੇ ਵਿੱਚ ਬੱਸ ਵੱਜੀ ਔਰ ਇੱਥੇ ਭਾਰੀ ਨੁਕਸਾਨ ਹੋਇਆ ਏ। ਜੈਸੇ ਨਾਰੀਅਲ ਉਧਰ ਗਾੜੀ ਆ ਗਈ ਸੀ ਨਾਰੀਅਲ ਕੀ, ਮੈਂ ਨਾਰੀਅਲ ਕੋ ਉਧਰ ਗਿਆ, ਨਾਰੀਅਲ ਦੇਨੇ ਤੋਂ ਆਗੇ ਸੇ ਬੱਸ ਆ ਰਹੀ ਸੀ, ਬੈਟਰੀ ਵਾਲੇ ਰਿਕਸ਼ੇ ਕੋ ਧੱਕਿਆ ਤਾ ਵੀ ਲੈ ਕੇ ਆ ਰਹੀ ਸੀ ਆਗੇ ਤੇ ਬਹੁਤ ਸਪੀਡ ਮੇ ਲਾ ਕੇ ਇਸਮੇ ਮਾਰੀ ਹੈ ਨਾਰੀਅਲ। ਇੱਕ ਮੋਟਰਸਾਈਕਲ ਖਤਮ ਹੋਈ ਹੈ ਰੇੜੀ ਔਰ ਨਾਰੀਅਲ ਮੇ ਨਾਰੀਅਲ ਫੂਟ ਗਏ ਸਭ, ਤਰਬੂਜ ਫੂਟ ਗਏ, ਤਖਤ ਬਖਤ ਸਭ ਟੂਟ ਗਏ। ਆਟੋ ਯਹੀ ਪਰ ਖੜੀ ਸੀ ਪਹਿਲੇ ਸਹੀ, ਆਟੋ ਉਹ ਆਟੋ ਆਗੇ ਖੜੀ ਸੀ, ਆਗੇ ਸੇ ਲਾ ਰਹੀ ਹੈ ਮਾਰਤਾ ਹੋਈ ਮੋਟਰਸਾਈਕਲ ਖਤਮ ਹੋਈ ਹੈ, ਸਕੂਟਰੀ ਟੂਟੀ ਹੈ, ਬਹੁਤ ਨੁਕਸਾਨ ਹੋਇਆ। ਬਸ ਮੈਂ ਇੱਕ ਡਿਲੀਵਰ ਔਰ ਇਹ ਸੁਣਨਾ ਇੱਕ ਆਹ ਸਵਾਰੀ ਸੀ ਵੋ ਪਬਲਿਕ ਹੋਈ ਖੱਟੀ ਵੋ ਉਤਰ ਕੇ ਚਲੀ ਗਈ ਸਵਾਰੀ। ਡਰਾਈਵਰ ਹਾਂ ਡਿਲੀਵਰੀ ਥਾ ਔਰ ਇੱਕ ਆਹ ਸਵਾਰੀ ਸੁਣਨਾ ਪਬਲਿਕ ਬਤਾ ਰਹੀ ਹੈ ਵੋ ਉਤਰ ਕੇ ਚਲੀ ਗਈ। ਡਰਾਈਵਰ ਕੋ ਚੱਕਰ ਚੱਕਰ ਆ ਰਹੇ ਬਤਾ, ਡਿਲੀਵਰ ਕੋ ਹਾਂ ਵੋ ਲੜਕਾ ਲੈ ਕੇ ਗਿਆ ਥਾ ਬਤਾ ਰਿਹਾ ਚੱਕਰ ਆ ਗਿਆ ਥਾ। ਨਾ ਔਰ ਕੋਈ ਨੁਕਸਾਨ ਨਹੀਂ ਹੁਆ, ਇਹ ਨੁਕਸਾਨ ਹੁਆ ਹੈ ਆਪਕੇ ਸਾਹਮਣੇ। ਇੱਕ ਸਕੂਟਰੀ ਹੈ, ਇੱਕ ਬਾਈਕ ਹੈ, ਰੇੜੀ ਹੈ ਇੱਕ ਔਰ ਉਸਕਾ ਕੋਲੂ ਵਾਲੇ ਕਾ ਮੇਜ ਮੂਜ ਹੈ, ਇਹ ਰਿਕਸ਼ਾ ਬੈਟਰੀ ਵਾਲਾ। ਕਿਆ ਕੁਛ ਹੁਆ ਭਾਈ ਸਾਹਿਬ ਆਪਕੀ ਆਟੋ ਕੇ? ਭਾਈ ਸਾਹਿਬ ਇਹ ਰਿਕਸ਼ਾ ਮੇਰੀ ਖੜੀ ਸੀ ਬਿਲਕੁਲ ਸਾਈਡ ਕੇ ਅੰਦਰ, ਇਸ ਨੇ ਬਜਾਈ ਲਿਆ ਯਾਰ, ਇਹਨੇ ਜ਼ਬਰਦਸਤ ਠੋਕੀ ਹੈ। ਠੀਕ ਹੈ, ਯਹਾਂ ਤੱਕ ਆਪ ਦੇਖ ਲਓ, ਵਹਾਂ ਸੇ ਯਹਾਂ ਤੱਕ ਇੱਕ ਗਿਸੜਾ ਕੇ ਲੈ ਕੇ ਆ ਰਿਹਾ ਹੈ, ਤਿੰਨ ਲੜਕੀ ਥੀ ਉਸਕੇ ਸਾਥ ਮੈਂ। ਠੀਕ ਹੈ, ਇਹ ਨਾ ਡਰਾਮਾ ਕਰਿਆ ਕਿਆ ਨਸ਼ਾ ਕਰਿਆ ਇਸ ਬਾਤ ਕਾ ਹਮ ਨਹੀਂ ਕਹਿ ਸਕਦੇ, ਕੁਛ ਵੀ ਕਰ ਰੱਖਿਆ ਉਸਨੇ ਜੋ ਡਰਾਈਵਰ ਥਾ, ਏਕ ਲਾਈ ਥਾ, ਕੋਈ ਕਨੈਕਟ ਨਹੀਂ ਥਾ ਉਸਕੇ ਸਾਥ ਮੈਂ। ਠੀਕ ਹੈ, ਹੁਣ ਤੋ ਜ਼ਬਰਦਸਤੀ ਗੈਰ ਕੋਟੋ ਮੈਂ ਲੈ ਗਏ, ਸਹੀ ਸਲਾਮਤ ਥਾ ਵੈਸੇ ਵੋ, ਇਹ ਜਾ ਕੇ ਚੀਉਨਾ ਫੰਡ ਕਿੰਡਾ ਲਿਓ, ਇਹ ਬਾਤ ਹਮ ਕੁਛ ਨਹੀਂ ਕਹਿ ਸਕਦੇ। ਕਿਤਨਾ ਨੁਕਸਾਨ ਹੋਆ ਆਪਕਾ? ਮੇਰਾ ਤੋ ਸਾਰੀ ਖਤਮ ਹੋ ਗਈ, ਨੁਕਸਾਨ ਕਿਆ ਥੀ ਭਈਆ ਜੀ। ਤੋ ਅਬ ਕਿਆ ਮੰਗ ਕਰ ਰਹੇ ਹੈ? ਮੇਰੀ ਮੰਗ ਮੰਨੇ ਆਪਣੀ ਈ ਰਿਕਸ਼ਾ ਦੁਬਾਰਾ ਕਮਾ ਕੇ ਫੋਨ ਜੋਗੇ ਕਰ ਦੇ ਮੰਨੇ, ਆਪਾਂ ਨਹੀਂ ਆ ਚਾਹੀਏ, ਸਭ ਸੀ ਬਾਤ ਹੀ ਹੈ ਭਾਈ। ਅਭੀ ਜਦ ਪੁਲਿਸ ਵੀ ਆਈ ਹੈ ਰੋਡਵੇਜ਼ ਦੇ ਅਧਿਕਾਰੀ ਵੀ ਆਏ, ਕੋਲ ਸਿੱਧੀ ਸਿੱਧੀ ਬਾਤ ਹੋਈ ਆਪਕੀ? ਨਹੀਂ, ਮੇਰੀ ਪੁਲਿਸ ਸੇ ਬਾਤ ਹੋਈ ਹੈ ਬਸ ਖਾਲੀ। ਕੁਛ ਆਸ-ਪਾਸਨ ਮਿਲ ਰਹਾ ਹੈ ਕਿਆ? ਆਸ-ਪਾਸਨ ਇਹ ਹੀ ਮਿਲ ਰਹਾ ਭਾਈ, ਵੋ ਜੋ ਇਨਕਾ ਮਾਲਿਕ ਹੈ ਬਸ ਕਾ ਵੋ ਆ ਜਾਤਾ ਹੈ, ਉਸਕੇ ਬਾਅਦ ਮੈਂ ਵੋ ਸਲਾਮ ਹੁਸਲਾ ਕਰੇਂਗੇ। ਵੋ ਕੁਛ ਮੁਆਵਜ਼ਾ ਮਿਲਨੇ ਕੀ ਉਮੀਦ ਹੈ? ਭਾਈ ਵੋ ਤੋ ਦੇਖੋ ਵੀ ਕੀ ਕਰੂੰ, ਹਮ ਕੇ ਨਹੀਂ, ਇਤਨਾ ਤੋ ਮੰਨੇ ਵੀ ਨਹੀਂ ਮੇਰਾ ਭਈਆ ਜੀ ਇਸ ਬਾਤ ਕਾ, ਤੋ ਕਦੇ ਬੜੋ ਕਹੂੰ ਵੀ ਤੜਕਾ ਦੇ ਕੋਈ, ਮੈਂ ਤੋ ਭਰੋਸਾ ਵੀ ਨਹੀਂ ਮੰਨਦਾ ਇਸ ਬਾਤ ਕਾ ਵੀ, ਮੈਂ ਤੋ ਜੇ ਮੰਨੂੰਗਾ ਜੇ ਵੀ ਮੇਰੇ ਦੋਰੇ ਕੀ ਮੈਂ ਆ ਲਗਾ। ਨਾਮ ਕਿਆ ਜੀ ਆਪਕਾ? ਪਰਸੋਤਮ।
जैसे ही हमें पता चला, तो हम यहाँ मौके पर आए हैं, पता चला है कि चालक को चक्कर आने के कारण अनबैलेंस हो गई गाड़ी। जायनी माल का कोई नुकसान नहीं है और बाकी सब बचाव में है। विभागीय जांच जारी है, जैसे ही जो तथ्य सामने आएंगे उसके अनुसार कार्रवाई कर दी जाएगी। ये मौके पर मैं नहीं था जी, पता नहीं, क्योंकि मैं दुर्घटना का पता लगते ही मौके पर पहुंचा। ड्राइवर को चोट लगी हुई है, ड्राइवर हॉस्पिटल में। क्या